ਪੂਰੇ ਭਾਰਤ ਦੇ ਵਿੱਚ ਅੱਜ ਤੱਕ ਜਦੋਂ ਦਾ NSA ਕਾਨੂੰਨ ਬਣਿਆ ਹੈ ਕੇਵਲ ਸਾਲ ਵਾਸਤੇ ਲੱਗਾ ਹੋਊਗਾ ਕਿਸੇ ਤੇ, ਜੇਕਰ 2 ਸਾਲਾਂ ਵਾਸਤੇ ਕਿਸੇ ਦੇ ਉੱਪਰ NSA ਲੱਗੀ ਹੈ ਤੇ ਉਹ ਤੁਹਾਡੇ ਜਰਨੈਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਲੱਗੀ ਹੈ। ਉਹਨਾਂ ਦੀ ਨਿਗਾਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਆਮ ਇਨਸਾਨ ਨਹੀਂ, ਉਹ ਵੱਖਰੀ ਗੱਲ ਹੈ। ਅਸੀਂ ਆਪਣੇ ਯੋਧਿਆਂ ਦੀ ਪਹਿਚਾਣ ਨਹੀਂ ਕਰਦੇ, ਸਾਡੇ ਵਾਸਤੇ ਇਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕਿੰਨੀ ਕੁ ਵੱਡੀ ਚੀਜ਼ ਹੈ, ਪਰ ਉਹਨਾਂ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪੂਰੇ ਪੰਥ ਨੂੰ, ਪੂਰੇ ਕੌਮ ਨੂੰ ਲੀਡ ਕਰ ਰਹੇ ਨੇ, ਉਹਨਾਂ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਹੁਤ ਵੱਡੀ ਚੀਜ਼ ਹੈ। ਨਹੀਂ ਤਾਂ ਕੀ ਲੋੜ ਸੀ ਉਹਨਾਂ ਨੂੰ NSA ਵਧਾਉਣ ਦੀ, 1 ਸਾਲ ਦੀ NSA ਹੋਰ ਵਧਾ ਦਿੱਤੀ। ਕੀ ਇਹ ਗੁਲਾਮੀ ਦੀ ਨਿਸ਼ਾਨੀ ਨਹੀਂ? ਜੇਕਰ ਤਾਂ ਵੋਟਾਂ ਦਾ ਪ੍ਰਚਾਰ ਕਰਨਾ ਸੀ, ਕੇਜਰੀਵਾਲ ਨੂੰ ਪਰੌਣ ਮਿਲਦੀ ਹੈ, ਰਿਹਾਈ ਮਿਲਦੀ ਹੈ 20-25 ਦਿਨ ਵਾਸਤੇ ਵੀ ਜਾ ਕੇ ਵੋਟਾਂ ਦਾ ਪ੍ਰਚਾਰ ਕਰ, ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਕਾਗਜ਼ ਭਰਨ ਦੀ ਪਰੋਲ ਵੀ ਨਹੀਂ ਦਿੱਤੀ। ਇਹ ਦੋਹਰੇ ਮਾਪਦੰਡ ਹੈ, ਉਹਨਾਂ ਵਾਸਤੇ ਕਾਨੂੰਨ ਹੋਰ ਤੇ ਸਾਡੇ ਵਾਸਤੇ ਕਾਨੂੰਨ ਹੋਰ। ਬਲਾਤਕਾਰੀ ਸਾਧ ਬਾਹਰ ਤੁਰੇ ਫਿਰਨ, ਤੇ ਜਿਨ੍ਹਾਂ ਨੇ ਤੁਹਾਡੀਆਂ ਪੱਗਾਂ ਸਿਰਾਂ ਤੇ ਟਕਾਈਆਂ ਬੰਦੀ ਸਿੰਘਾਂ ਨੇ, ਉਹ 35-35 ਸਾਲ ਤੋਂ ਸਜ਼ਾਵਾਂ ਕੱਟ ਕੇ ਵੀ ਅੰਦਰ ਤੁਰੇ ਫਿਰਦੇ ਨੇ। ਸੋ ਇਸ ਕਰਕੇ ਆਪਾਂ ਇਹਨਾਂ ਘਟਨਾਵਾਂ ਤੋਂ ਸਮਝੀਏ ਜ਼ਰੂਰ, ਤੇ ਰਾਜ ਭਾਗ ਦੀ ਪ੍ਰਾਪਤੀ ਵਾਸਤੇ ਸਾਡੀ ਕੌਮ ਤੁਰੇ, ਸਾਡਾ ਪੰਥ ਹੋਰ ਅੱਗੇ ਵਧੇ। ਸਤਿ ਸ਼੍ਰੀ ਅਕਾਲ ਦੋਸਤੋ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬਾਕੀ 9 ਸਿੰਘਾਂ ਦੀ 1 ਸਾਲ ਦੇ ਲਈ ਜੋ NSA ਵਧਾਈ ਗਈ ਹੈ, ਤੇ ਉੱਥੇ ਹੀ ਰਿਹਾਈ ਦੇ ਮਾਮਲੇ ਦੇ ਵਿੱਚ ਜੋ ਇੱਕ ਵਿਵਾਦ ਚੱਲ ਰਿਹਾ, ਉਸ ਮਾਮਲੇ ਦੇ ਵਿੱਚ ਕੁਝ ਹੋਰ ਨਵੇਂ ਅਪਡੇਟ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ, ਜਿੱਥੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ 1 ਸਾਲ ਦੀ NSA ਵਧਾਈ ਗਈ, ਜਿੱਥੇ ਕਿ ਸੰਗਤਾਂ ਦੇ ਵਿੱਚ ਇਸ ਗੱਲ ਨੂੰ ਦੇਖ ਕੇ ਰੋਸ ਦੇਖਣ ਨੂੰ ਮਿਲਿਆ, ਤੇ ਉੱਥੇ ਹੀ ਹੁਣ ਇੱਕ ਉਮੀਦ ਦੀ ਕਿਰਨ ਵੀ ਸੰਗਤਾਂ ਦੇਖ ਰਹੀਆਂ ਨੇ, ਕਿਉਂਕਿ USA ਤੋਂ ਐਡਵੋਕੇਟ ਅਟਾਰਨੀ ਜਸਪ੍ਰੀਤ ਸਿੰਘ ਨੇ ਇੱਕ ਖੁਲਾਸਾ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਤੇ ਸਿੱਖਾਂ ਨੂੰ ਅਤੇ ਪੰਜਾਬੀਆਂ ਨੂੰ ਦਰਵੇਸ਼ ਆ ਰਹੀਆਂ ਹੋਰ ਮੁਸ਼ਕਲਾਂ ਦੇ ਲਈ USA ਦੇ ਰਾਸ਼ਟਰਪਤੀ ਜੋ ਬਾਈਡਨ ਨਾਲ ਮਿਲੇ, ਅਤੇ ਉੱਥੇ ਹੀ ਇਸ ਤੋਂ ਬਾਅਦ ਉਹਨਾਂ ਦਾ ਇਹ ਵੀ ਅਪਡੇਟ ਸਾਹਮਣੇ ਆਇਆ ਕਿ ਉਹਨਾਂ USA ਦੇ ਰਾਸ਼ਟਰਪਤੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਹੈ, ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਸੰਭਵ ਬਣਾਉਣ ਦੇ ਲਈ ਕਿਹਾ ਗਿਆ। ਉੱਥੇ ਹੀ ਇਸ ਮਾਮਲੇ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਅਤੇ ਉਹਨਾਂ ਦੀ ਚੋਣ ਕੰਪੇਨ ਸੰਭਾਲਣ ਵਾਲੇ ਭਾਈ ਚਮਕੌਰ ਸਿੰਘ ਨੇ ਵੀ ਇੱਕ ਸਮਾਗਮ ਦੇ ਦੌਰਾਨ ਕੁਝ ਅਜਿਹੇ ਹੈਰਾਨੀਜਨਕ ਖੁਲਾਸੇ ਕਰ ਦਿੱਤੇ, ਜਿੱਥੇ ਕਿ ਉਹਨਾਂ ਨੇ ਕਿਹਾ ਕਿ ਕੌਮ ਬੇਸ਼ੱਕ ਨਾ ਸਮਝੀ ਹੋਵੇ ਪਰ ਸਰਕਾਰਾਂ ਸਮਝ ਗਈਆਂ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਸਿੱਖ ਕੌਮ ਦਾ ਇੱਕ ਵੱਡਾ ਲੀਡਰ ਹੈ, ਜਿਸਦੇ ਕਰਕੇ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਜਦੋਂ ਕਿਸੇ 'ਤੇ NSA 1 ਸਾਲ ਤੋਂ ਵੱਧ ਲੱਗੀ ਹੋਵੇ। ਦੋਸਤੋ, ਤੁਹਾਨੂੰ ਕੀ ਲੱਗਦਾ ਕਿ ਵਾਕਈ ਹੀ ਭਾਈ ਅੰਮ੍ਰਿਤਪਾਲ ਸਿੰਘ ਕੌਮ ਦੀ ਪੰਜਾਬ ਦੀ ਅਗਵਾਈ ਕਰ ਸਕਦੇ ਨੇ? ਯੈਸ ਜਾਂ ਨੋ ਦੇ ਵਿੱਚ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਕੇ ਜਾਣਾ, ਕਿਉਂਕਿ ਪਤਾ ਲੱਗ ਸਕੇ ਜੋ ਇਹ ਵਿਵਾਦ ਚੱਲ ਰਿਹਾ ਇਸ 'ਤੇ ਪੰਜਾਬ ਦੀ ਆਵਾਮ ਅਸਲ ਦੇ ਵਿੱਚ ਕੀ ਸੋਚਦੀ ਹੈ। ਅਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਹੁਣ ਕੁਝ ਖਾਸ ਅਪਡੇਟ ਵੱਲ। ਵੀਡੀਓ ਅਖੀਰ ਤੱਕ ਦੇਖਣਾ ਅਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਕਰ ਦਿਓ, ਅਤੇ ਹੋਰ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਦੇ ਰਹਿਣ ਦੇ ਲਈ ਹੁਣੇ ਅਨਲਿਮਿਟਡ ਗਿਆਨ ਨੂੰ ਸਬਸਕ੍ਰਾਈਬ ਕਰ ਲੈਣਾ, ਅਤੇ ਜੇਕਰ ਤੁਸੀਂ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਅਨਲਿਮਿਟਡ ਗਿਆਨ ਮੀਡੀਆ ਨੂੰ ਵੀ ਲਾਈਕ ਫੋਲੋ ਕਰ ਲੈਣਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਅਤੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਜੀ 'ਤੇ ਪੰਜਾਬ ਸਰਕਾਰ ਵੱਲੋਂ NSA ਵਧਾਇਆ ਗਿਆ, ਬਾਹਰ ਦੇ ਜਿਹੜੇ ਸਾਡੇ NRI ਨੇ, ਸਾਡੇ ਸਿੱਖ ਭਰਾ ਨੇ ਜਾਂ ਪੰਜਾਬੀ ਨੇ, ਉਹਨਾਂ ਵਿੱਚ ਇਸ ਚੀਜ਼ ਦੀ ਭਾਰੀ ਰਿਜੈਂਟਮੈਂਟ ਆ, ਭਾਰੀ ਰੋਸ ਆ, ਕਿਉਂਕਿ ਅਸੀਂ ਸ਼ੁਰੂ ਤੋਂ ਹੀ ਇਹ ਫੀਲ ਕਰਦੇ ਹਾਂ ਕਿ ਇਹ ਜਿਹੜਾ NSA ਸੀ ਇਹ ਜਦੋਂ ਲਾਇਆ ਗਿਆ ਪਹਿਲਾਂ ਤਾਂ ਉਸ ਟਾਈਮ ਹੀ ਜਸਟੀਫਾਈਡ ਨਹੀਂ ਸੀ, ਕਿਉਂਕਿ ਜਿਹੜੇ ਇਹਨਾਂ ਦੇ ਚਾਰਜਸ ਨੇ ਜਾਂ ਜਿਹੜੇ ਇਹ ਕ੍ਰਾਈਮ ਲਈ ਚਾਰਜ ਕੀਤੇ ਗਏ ਨੇ ਉਹ ਇਹ ਡਿਮਾਂਡ ਨਹੀਂ ਕਰਦਾ ਕਿ NSA ਲੱਗੇ। ਅਤੇ ਦੂਸਰਾ ਹੁਣ ਜਿਹੜਾ ਵਧਾਇਆ ਗਿਆ NSA, ਅਤੇ ਇਹ ਤਾਂ ਹੋਰ ਵੀ ਜ਼ਿਆਦਾ ਅਨਜਸਟੀਫਾਈਡ ਹੈ, ਮਨੁੱਖੀ ਅਧਿਕਾਰਾਂ ਦੀ ਲੰਘਣਾ, ਅਤੇ ਇਸ ਤੋਂ ਵੱਡਾ ਹੋਰ ਜਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਕੀ ਹੋ ਸਕਦਾ। ਤੁਸੀਂ ਇਹ ਦੇਖੋ ਕਿ ਜਿਹੜਾ ਕ੍ਰਾਈਮ ਹੈ ਉਹਦੇ ਮੁਤਾਬਕ ਕੀ ਇਹ ਸਜ਼ਾ ਠੀਕ ਆ, ਕਿਉਂਕਿ ਹਿਊਮਨ ਰਾਈਟ ਦੀ ਜਿਹੜੀ ਵਾਇਲੇਸ਼ਨ ਉੱਥੇ ਗਿਣੀ ਜਾਂਦੀ ਆ, ਜਿੱਥੇ ਜਿਹੜਾ ਕ੍ਰਾਈਮ ਹੈ
ਉਹਦੇ ਮੁਤਾਬਕ ਸਜ਼ਾ ਬਹੁਤ ਜ਼ਿਆਦਾ ਹੋਵੇ। ਅਸੀਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ ਕਿ ਇਹ ਜਿਹੜਾ ਮੈਟਰ ਹੈਗਾ ਯੂ ਐੱਸ ਗਵਰਨਮੈਂਟ ਦੇ ਹਾਈਐਸਟ ਲੈਵਲਸ ਤੱਕ ਟੇਕਅਪ ਕੀਤਾ, ਯੂ ਐੱਸ ਵਾਈਸ ਪ੍ਰੈਜੀਡੈਂਟ ਸੈਂਟਰਾ ਨਾਲ ਕੀਤਾ, ਅਤੇ ਹੁਣ 26 ਤਰੀਕ ਨੂੰ ਆਉਣ ਵਾਲੇ ਬੁੱਧਵਾਰ ਜਿਹੜੇ ਯੂ ਐੱਸ ਦੇ ਵਾਈਸ ਪ੍ਰੈਜੀਡੈਂਟ ਨੇ ਆਨਰੇਬਲ ਕਮਲਾ ਹੈਰਿਸ, ਉਹਨਾਂ ਨਾਲ ਸਾਡੀ ਮੀਟਿੰਗ LA ਦੇ ਵਿੱਚ ਇਨ ਪਰਸਨ ਹੋਣ ਜਾ ਰਹੀ ਹੈ। ਉਹ ਸਾਡੇ ਸੱਦੇ 'ਤੇ ਇੱਕ ਪ੍ਰੋਗਰਾਮ 'ਚ ਆ ਰਹੇ ਨੇ, ਉੱਥੇ ਵੀ ਉਹਨਾਂ ਨਾਲ ਡਿਟੇਲ 'ਚ ਗੱਲ ਕਰਾਂਗੇ। ਦੋ ਇਸ਼ੂ ਅਸੀਂ ਟੇਕਅਪ ਕੀਤੇ ਨੇ, ਇੱਕ ਭਾਈ ਅੰਮ੍ਰਿਤਪਾਲ ਸਿੰਘ ਦਾ ਅਤੇ ਇੱਕ ਬੰਦੀ ਸਿੰਘਾਂ ਦਾ। ਦੋਨਾਂ ਇਸ਼ੂਆਂ ਦੇ ਵਿੱਚ ਹੀ ਗਰੋਸ ਹਿਊਮਨ ਰਾਈਟ ਜਿਹੜੀ ਵਾਇਲੇਸ਼ਨ ਹੋਈ ਆ, ਜਿਹੜੀ ਇਹ ਪੰਜਾਬ ਸਰਕਾਰ ਆ ਖਾਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਇਹਨੂੰ ਰਨ ਕਰਦੀ ਆ, ਇਹਨਾਂ ਨੂੰ NRIs ਨੇ ਬੜਾ ਭਾਰੀ ਪਹਿਲਾਂ ਸਹਿਯੋਗ ਦਿੱਤਾ, ਉਹਨਾਂ ਦੀ ਹੈਲਪ ਨਾਲ ਇਹ ਪਾਰਟੀ ਹੋਂਦ ਚਾਹੀ, ਤਾਂ ਜੋ ਉਹੀ NRI ਜਿਹੜੇ ਨੇ ਉਹਨਾਂ 'ਚ ਰਿਜੈਂਟਮੈਂਟ ਆ। ਜਿਹੜੇ ਇਹਨਾਂ ਦੇ ਇਲੈਕਟਡ MP ਨੇ 3, ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ, ਤੁਹਾਨੂੰ ਜਿਤਾਇਆ, ਉਹ ਤਾਂ ਲੋਕਾਂ ਦਾ ਫਤਵਾ, ਅਤੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਈਆਂ, ਕੀ ਉਹ ਲੋਕਾਂ ਦਾ ਫਤਵਾ ਨਹੀਂ? ਤੁਹਾਡਾ ਕੀ ਸਟੈਂਡ ਆ ਇਹਦੇ ਉੱਤੇ? ਕੀ ਤੁਸੀਂ ਇਹਨੂੰ ਜਸਟੀਫਾਈ ਕਰਦੇ ਹੋ ਕਿ ਇਹ ਜਿਹੜੀ NSA ਵਧਾਈ ਗਈ ਹੈ, ਅਤੇ ਤੁਸੀਂ ਇਹ ਕਹਿੰਦੇ ਹੋ ਕਿ ਉਹ ਜੇਲ੍ਹ 'ਚ ਬੈਠੇ ਰਹਿ ਆਪਣੇ ਲੋਕਾਂ ਦੀ ਸੇਵਾ ਨਾ ਕਰਨ? ਕੀ ਅਨਡੈਮੋਕ੍ਰੈਟਿਕ ਨਹੀਂ? ਕੀ ਇਹ ਡੈਮੋਕ੍ਰੇਸੀ ਦਾ ਘਾਣ ਨਹੀਂ? ਕੀ ਇਹ ਹਿਊਮਨ ਰਾਈਟਸ ਦਾ ਘਾਣ ਨਹੀਂ? ਇਹਦੇ ਨਾਲ ਨਾਲ ਜਿਹੜੇ ਪੰਜਾਬ ਦੀ ਕਾਂਗਰਸ ਪਾਰਟੀ ਦੇ ਹੋਰ ਇਲੈਕਟਡ MP ਨੇ, ਉਹਨਾਂ ਨੂੰ ਵੀ ਉਹਨਾਂ ਲੋਕਾਂ ਨੇ ਵੋਟਾਂ ਪਾਈਆਂ ਨੇ, ਅਤੇ ਉਹ ਜੇ ਆਪਣੇ ਫਤਵੇ ਨੂੰ ਕਹਿੰਦੇ ਨੇ ਕਿ ਲੋਕਾਂ ਦਾ ਮੈਂਡੇਟ ਸਾਨੂੰ ਮਿਲਿਆ, ਅਸੀਂ ਭਾਰੀ ਬਹੁਮਤ ਸਾਨੂੰ ਮਿਲਿਆ, ਤਾਂ ਕੀ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਲੋਕਾਂ ਦਾ ਮੈਂਡੇਟ ਮਿਲਿਆ ਉਹ ਮੈਂਡੇਟ ਨਹੀਂ? ਅਤੇ ਇਸ ਕਰਕੇ ਇਹ ਜਿਹੜੇ ਡਬਲ ਸਟੈਂਡਰਡ ਰੱਖਣ ਦੀ ਬਜਾਏ ਤੁਸੀਂ ਕਲੀਅਰ ਕੱਟ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿਓ, ਬਾਹਰ ਆਉਣ। ਹਾਂ, ਜੇ ਬਾਹਰ ਆ ਕੇ ਗਲਤੀ ਕਰਦੇ ਆ, ਫਿਰ ਕਾਨੂੰਨ ਜਿਹੜਾ ਹੈਗਾ ਉਹ ਆਪਣੀ ਕਾਰਵਾਈ ਕਰੇ। ਇਹਨਾਂ ਨਾਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਚੰਗੇ ਨੇ, ਜਿਨ੍ਹਾਂ ਨੇ ਕਹਾ ਦਾ ਨਾਰਾ ਮਾਰਿਆ, ਸਟੈਂਡ ਲਿਆ। ਸਾਡੇ ਉਹਨਾਂ ਨਾਲ ਬਹੁਤ ਮਤਭੇਦ ਹੋ ਸਕਦੇ ਨੇ, ਪਰ ਇਸ ਇਸ਼ੂ ਦੇ ਵਿੱਚ ਉਹ ਪੰਥ ਨਾਲ ਖੜੇ ਨੇ। ਉਹਨਾਂ ਨੇ ਬਿਆਨ ਜਾਰੀ ਕੀਤਾ, ਉਹਨਾਂ ਨੇ ਸਟੈਂਡ ਲਿਆ ਕਿ ਜਿਹੜੀ NSA ਐਕਸਟੈਂਡ ਕੀਤੀ ਗਈ ਹੈ ਭਾਈ ਸਾਹਿਬ 'ਤੇ, ਉਹਦਾ ਵਿਰੋਧ ਕੀਤਾ, ਅਕਾਲੀ ਦਲ ਨੇ ਵਿਰੋਧ ਕੀਤਾ, ਅਤੇ ਉਹਦੀ ਸ਼ਲਾਘਾ ਹੋਣੀ ਚਾਹੀਦੀ ਆ। ਤੁਸੀਂ ਆਪਣਾ ਸਟੈਂਡ ਘੱਟੋ ਘੱਟ ਸਪਸ਼ਟ ਕਰੋ, ਜੇ ਤੁਹਾਨੂੰ ਲੋਕਾਂ ਨੇ ਠੀਕ ਚੁਣਿਆ ਅਤੇ ਉਹਨਾਂ ਲੋਕਾਂ ਦਾ ਫਤਵਾ ਸਹੀ ਆ, ਅਤੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਨੇ ਚੁਣਿਆ ਉਹ ਫਤਵਾ ਕਿਵੇਂ ਗਲਤ ਹੋ ਗਿਆ? ਪੰਜਾਬ ਦੀ ਤਰੱਕੀ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਯੋਗਦਾਨ ਪਾਉਂਦੇ ਤਾਂ NRI ਪਾਉਂਦੇ ਆ, ਪਰ ਜਿਹੜੇ ਇਹੋ ਜਿਹੇ ਕੰਮ ਜਿਹੜੀਆਂ ਸਰਕਾਰਾਂ ਕਰਦੀਆਂ ਨੇ, ਜਿਸ ਤਰ੍ਹਾਂ ਹਿਊਮਨ ਰਾਈਟ ਦੀ ਵਾਇਲੇਸ਼ਨ ਕਰਦੀਆਂ, ਸਾਨੂੰ ਬੜਾ ਦੁੱਖ ਹੁੰਦਾ। ਸ਼ਾਂਤੀ ਅਤੇ ਭਾਈਚਾਰਾ ਉਹ ਬਹੁਤ ਜ਼ਰੂਰੀ ਆ, ਇੰਟਰਨੈਸ਼ਨਲ ਲੈਵਲ 'ਤੇ ਅਸੀਂ ਇਹ ਇਸ਼ੂ ਚੱਕ ਹੀ ਰਹੇ ਹਾਂ। ਜਿਸ ਤਰ੍ਹਾਂ ਹੁਣ ਅੱਡ ਅੱਡ ਥਾਵਾਂ ਤੋਂ ਸਪੋਰਟ ਮਿਲ ਰਹੀ ਆ, ਖਾਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਾਂ ਅਕਾਲੀ ਦਲ ਵੱਲੋਂ, ਇਹ ਬੜੀ ਸ਼ਲਾਘਾਯੋਗ ਆ। ਹੁਣ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੀ ਇਹਦੇ ਉੱਤੇ ਸਟੈਂਡ ਲੈਣ, ਅਤੇ ਬਾਕੀ ਜਿਹੜੀਆਂ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਨੇ, ਖਾਸ ਕਰਕੇ ਆਮ ਆਦਮੀ ਪਾਰਟੀਆਂ, ਕਾਂਗਰਸ ਦੇ, ਉਹ ਆਪਣੇ ਜਿਹੜੇ ਪਾਰਟੀ ਪਲੇਟਫਾਰਮ ਤੋਂ ਉੱਪਰ ਉੱਠ ਕੇ ਇਸ ਇਸ਼ੂ 'ਤੇ ਘੱਟੋ ਘੱਟ ਸਟੈਂਡ ਲੈਣ। NRI ਦਾ ਵਾਧਾ ਹੋਇਆ ਬਿਲਕੁਲ ਗਲਤ ਹੋਇਆ, ਇਹ ਗੈਰ ਕਾਨੂੰਨੀ ਆ, ਅਤੇ ਇਹ ਹਿਊਮਨ ਰਾਈਟ ਦੀ ਵਾਇਲੇਸ਼ਨ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਜਸਪੀ ਸਿੰਘ ਅਟਾਰਨੀ ਐਟ ਲਾਅ, ਅਤੇ ਮੈਨੂੰ ਦੱਸ ਕੇ ਬੜੀ ਖੁਸ਼ੀ ਹੁੰਦੀ ਹੈ ਜੀ ਕਿ ਬੜੀ ਮਾਣ ਵਾਲੀ ਗੱਲ ਆ ਸਾਰੇ ਆਪਣੀ ਪੰਜਾਬੀ ਕਮਿਊਨਿਟੀ ਲਈ, ਸਿੱਖਾਂ ਲਈ, ਕਿ 10 May 2024 ਵਾਲੇ ਦਿਨ ਪਾਲੋ ਆਲਟੋ ਕੈਲੀਫੋਰਨੀਆ ਵਿਖੇ ਮੈਨੂੰ ਪ੍ਰੈਜੀਡੈਂਟ ਬਾਈਡਨ ਨੂੰ ਮਿਲਣ ਦਾ ਮੌਕਾ ਮਿਲਿਆ। ਉਹਨਾਂ ਨਾਲ ਮੇਰੀ ਕੋਈ 4-5 ਮਿੰਟ ਗੱਲਬਾਤ ਹੋਈ ਕੱਲਿਆਂ ਨਾਲ, ਅਤੇ ਉਹਨਾਂ ਨੂੰ ਮੈਂ ਜਾਣੂ ਕਰਵਾਇਆ ਕੁਛ ਮਸਲਿਆਂ ਬਾਰੇ। ਉਹਨਾਂ ਵਿੱਚ ਇੱਕ ਤਾਂ ਇਮੀਗ੍ਰੇਸ਼ਨ ਰਿਲੇਟਡ ਇਸ਼ੂ ਸੀਗੇ, ਜਿਨ੍ਹਾਂ ਵਿੱਚ ਕਿ ਜਿਹੜਾ ਬੈਕਲੋਗ ਆ, ਜਿਹੜੀਆਂ ਕੈਟੇਗਰੀਆਂ ਨੇ, F4 ਕੈਟੇਗਰੀ, F3 ਕੈਟੇਗਰੀ ਨੇ, ਬਹੁਤ ਟਾਈਮ ਲੱਗ ਰਿਹਾ। ਦੂਸਰਾ, ਜਿਹੜੇ ਇੱਥੇ ਬੜੀ ਦੇਰ ਤੋਂ ਲੋਕ ਰਹਿ ਰਹੇ ਆ, ਇਹਨਾਂ ਨੂੰ ਪੱਕਾ ਕਰਨ ਵਾਸਤੇ, ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਦਾ ਇੱਥੇ ਲੀਗਲ ਬੇਸਿਸ ਆ, ਜਿਨ੍ਹਾਂ ਦੇ ਬੱਚੇ ਸਿਟੀਜ਼ਨ ਨੇ, ਜਾਂ ਜਿਨ੍ਹਾਂ ਦੇ ਜਿਹੜੇ ਸਪਾਊਸ ਨੇ ਉਹ ਸਿਟੀਜ਼ਨ ਨੇ, ਜਾਂ ਜਿਹੜੇ ਛੋਟੇ ਬੱਚੇ ਡਾਕਾ ਵਾਲੇ ਆ, ਉਹਦੇ ਕੰਸਰਨਿੰਗ, ਅਤੇ ਇਹਦੇ ਨਾਲ ਨਾਲ ਮੈਂ ਕੁਛ ਸਿੱਖ ਜਿਹੜੇ ਰਿਲੇਟਡ ਇਸ਼ੂਜ਼ ਨੇ ਉਹ ਵੀ ਡਿਸਕਸ ਕੀਤੇ, ਅਤੇ ਉਹਨਾਂ ਦੇ ਮੈਂ ਜਿਹੜਾ ਹੈਗਾ ਧਿਆਨ 'ਚ ਲਿਆਂਦਾ ਕਿ ਜਿਹੜੀ ਸਿੱਖ ਕੌਮ ਹੈ ਉਹ ਇੱਥੇ ਅਮੈਰੀਕਾ ਦੇ ਵਿੱਚ ਬੜੀ ਮਿਹਨਤੀ ਆ, ਅਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ। ਉਹਨਾਂ ਨੇ ਮੈਨੂੰ ਕਿਹਾ ਕਿ I am ਜਿਹੜਾ ਪ੍ਰਾਊਡ ਆਫ ਦਾ ਸਿੱਖ ਕਮਿਊਨਿਟੀ, ਆਈ ਲਵ ਸਿੱਖਸ, ਦੇ ਆਰ ਵੈਰੀ ਹਾਰਡ ਵਰਕਿੰਗ ਪੀਪਲ, ਅਤੇ ਉਹਨਾਂ ਨੇ ਅਮੈਰੀਕਾ ਦੀ ਇਕਾਨਮੀ ਨੂੰ ਬਹੁਤ ਕੰਟਰੀਬਿਊਟ ਕੀਤਾ,
ਤੇ ਉਹਦੇ ਨਾਲ ਨਾਲ ਮੈਂ ਉਹਨਾਂ ਨੂੰ ਦੱਸਿਆ ਕਿ ਉਹ ਫੀਅਰ ਕਰਦੇ ਨੇ ਇੱਥੇ ਹੇਟ ਕ੍ਰਾਈਮ ਵਗੈਰਾ, ਜਿਹੜੇ ਕੁਝ ਰੇਸਿਸ ਲੀਡਰ ਟਾਈਪ ਨੇ ਉਹ ਜਦੋਂ ਸਿੱਖਾਂ ਦੇ ਖਿਲਾਫ ਜਾਂ ਹੋਰਾਂ ਮੁਲਕਾਂ ਦੇ ਲੋਕਾਂ ਦੇ ਖਿਲਾਫ ਬੋਲਦੇ ਨੇ ਤੇ ਉਹ ਕਈ ਵਾਰੀ ਜਿਹੜਾ ਹੈਗਾ ਉਹ ਨੁਕਸਾਨ ਇਸ ਕਮਿਊਨਿਟੀ ਦਾ ਹੁੰਦਾ ਹੇਟ ਕ੍ਰਾਈਮ ਪੁਆਇੰਟ ਆਫ ਵਿਊ ਦੇ ਨਾਲ। ਉਹਦੇ ਇਲਾਵਾ ਜਿਹੜੇ ਹੋਰ ਕੁਛ ਬਾਹਰਲੇ ਮੁਲਕਾਂ ਤੋਂ ਵੀ ਸਿੱਖਾਂ ਨੂੰ ਖਤਰਾ, ਖਾਸ ਕਰਕੇ ਪਿੱਛੇ ਇੰਸੀਡੈਂਟ ਹੋਏ ਨੇ ਜਿੱਥੋਂ ਕਿ ਇੰਡੀਅਨ ਜਿਹੜੇ ਗਵਰਨਮੈਂਟ ਆ ਉਹਨਾਂ ਨੇ ਵੀ ਉਹਨਾਂ ਦੇ ਐਲੀਗੇਸ਼ਨ ਨੇ ਕਿ ਇੱਥੇ ਮਤਲਬ ਕੋਈ ਸਿੱਖਾਂ 'ਤੇ ਹਮਲਾ ਕਰਾਇਆ, ਅਤੇ ਉਹ ਉਹਦੇ ਬਾਰੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਸਾਡੇ ਇੰਡੀਆ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਅਤੇ ਅਸੀਂ ਇੰਡੀਆ ਦੇ ਬੜੇ ਸਟਰੋਂਗ ਅਲਾਈ ਹਾਂ ਅਤੇ ਵੀ ਵਾਂਟ ਯੂਨਾਈਟਿਡ ਐਂਡ ਸਟਰੋਂਗ ਐਂਡ ਵਾਇਬਰੈਂਟ ਇੰਡੀਆ। ਪਰ ਜਿੱਥੇ ਤੱਕ ਇਹ ਕੋਈ ਹਿਊਮਨ ਰਾਈਟ ਦਾ ਇਸ਼ੂ ਆ ਜਾਂ ਜਿੱਥੇ ਤੱਕ ਕੋਈ ਸਿੱਖਾਂ ਦੇ ਜਿਹੜੇ ਇਸ ਕਿਸਮ ਦਾ ਥਰੈਟ ਦਾ ਇਸ਼ੂ ਆ ਉੱਤੇ ਵੀ ਵਿਲ ਟੇਕ ਅ ਸਟੈਂਡ ਐਂਡ ਲਾਅ ਵਿਲ ਟੇਕ ਇਟਸ ਓਨ ਕੋਰਸ। ਇਮੀਗ੍ਰੇਸ਼ਨ ਬਾਰੇ ਉਹਨਾਂ ਨੇ ਕਿਹਾ ਕਿ ਵੀ ਆਰ ਵਰਕਿੰਗ ਔਨ ਇਟ, ਲੇਕਿਨ ਉਹਨਾਂ ਨੇ ਡਿਟੇਲ ਨਹੀਂ ਦਿੱਤੀ। ਉਹਨਾਂ ਨੇ ਕਿਹਾ ਅਸੀਂ ਕੰਮ ਕਰ ਰਹੇ ਹਾਂ ਅਤੇ ਜਲਦੀ ਅਸੀਂ ਇਹਦੇ ਬਾਰੇ ਕੋਈ ਨਾ ਕੋਈ ਐਗਜੈਕਟਿਵ ਐਕਸ਼ਨ ਲੈ ਕੇ ਆਵਾਂਗੇ, ਕਿਉਂਕਿ ਬਿੱਲ ਪਾਸ ਕਰਨਾ ਇਸ ਜਿਹੜੀ ਹੈਗੇ ਹਾਲਾਤ ਦੇ ਵਿੱਚ ਪੋਸੀਬਲ ਨਹੀਂ। ਪਰ ਉਹਨਾਂ ਨੇ ਮੇਰੇ ਨਾਲ ਜਿਹੜਾ ਮੈਨੂੰ 4-5 ਮਿੰਟ ਦਾ ਸਮਾਂ ਦਿੱਤਾ ਅਤੇ ਉਹਦੇ ਵਾਸਤੇ ਮੈਂ ਬਹੁਤ ਜਿਹੜਾ ਹੈਗਾ ਸ਼ੁਕਰਗੁਜ਼ਾਰ ਹਾਂ ਵਾਈਟ ਹਾਊਸ ਦਾ ਅਤੇ ਪ੍ਰੈਜੀਡੈਂਟ ਬਾਈਡਨ ਦਾ। ਸਤਿ ਸ਼੍ਰੀ ਅਕਾਲ ਜੀ। ਇਹ ਤੋਂ ਨਹੀਂ ਘਬਰਾਈ ਸਰਕਾਰ, ਸਰਕਾਰ ਅੰਮ੍ਰਿਤ ਸੰਚਾਰ ਤੋਂ ਘਬਰਾਈ, ਸਰਕਾਰ ਨੌਜਵਾਨੀ ਦੇ ਬਦਲ ਜਾਣ ਤੋਂ ਘਬਰਾਈ ਹੈ। ਜਿਹੜੀ ਨੌਜਵਾਨੀ ਨਸ਼ਿਆਂ ਚ ਪਲੀਤ ਹੋ ਕੇ ਨਾਲੀਆਂ ਜ਼ਿੰਦਗੀ ਫਿਰਦੀ ਸੀ, ਉਹ ਨੌਜਵਾਨੀ ਜਦੋਂ ਉੱਠ ਕੇ ਵਹੀਰ ਚ ਸ਼ਾਮਲ ਹੋਈ, ਉਹਨਾਂ ਅੰਮ੍ਰਿਤ ਛਕਿਆ, ਸ਼ਸਤਰਧਾਰੀ ਹੋਏ, ਉਹਨਾਂ ਬੇਅਦਬੀ ਤੇ ਜਿਹੜੇ ਦੋਖੀ ਸਨ ਉਹਨਾਂ ਨੂੰ ਸੋਧਣ ਦੇ ਪ੍ਰਣ ਕੀਤੇ। ਦੇ ਵਿੱਚ ਕੌਮ ਲਈ ਸੰਘਰਸ਼ ਕਰਨ ਦਾ ਜਿਹੜਾ ਵਾਅਦਾ ਕੀਤਾ ਉਸ ਤੋਂ ਸਰਕਾਰ ਘਬਰਾਈ ਹੈ। ਸਰਕਾਰ ਮੈਂ ਕੀ ਹਾਂ, ਮੈਂ ਵੀ ਅੱਡ ਮਾਸ ਦਾ ਬਣਿਆ, ਮੈਂ ਬਾਕੀ ਨੌਜਵਾਨ ਵਰਗਾ ਹੀ ਹਾਂ। ਪੂਰੇ ਭਾਰਤ ਦੇ ਵਿੱਚ ਅੱਜ ਤੱਕ ਜਦੋਂ ਦਾ NSA ਕਾਨੂੰਨ ਬਣਿਆ ਹੈ, ਕੇਵਲ ਸਾਲ ਵਾਸਤੇ ਲੱਗਾ ਹੋਊਗਾ ਕਿਸੇ ਤੇ, ਜੇਕਰ 2 ਸਾਲਾਂ ਵਾਸਤੇ ਕਿਸੇ ਦੇ ਉੱਪਰ NSA ਲੱਗੀ ਹੈ ਤੇ ਉਹ ਤੁਹਾਡੇ ਜਰਨੈਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਲੱਗੀ ਹੈ। ਉਹਨਾਂ ਦੀ ਨਿਗਾਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਆਮ ਇਨਸਾਨ ਨਹੀਂ, ਉਹ ਵੱਖਰੀ ਗੱਲ ਹੈ। ਅਸੀਂ ਆਪਣੇ ਯੋਧਿਆਂ ਦੀ ਪਹਿਚਾਣ ਨਹੀਂ ਕਰਦੇ, ਸਾਡੇ ਵਾਸਤੇ ਇਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕਿੰਨੀ ਕੁ ਵੱਡੀ ਚੀਜ਼ ਹੈ, ਪਰ ਉਹਨਾਂ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪੂਰੇ ਪੰਥ ਨੂੰ, ਪੂਰੇ ਕੌਮ ਨੂੰ ਲੀਡ ਕਰ ਰਹੇ ਨੇ। ਉਹਨਾਂ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਹੁਤ ਵੱਡੀ ਚੀਜ਼ ਹੈ, ਨਹੀਂ ਤਾਂ ਕੀ ਲੋੜ ਸੀ ਉਹਨਾਂ ਨੂੰ NSA ਵਧਾਉਣ ਦੀ, 1 ਸਾਲ ਦੀ NSA ਹੋਰ ਵਧਾ ਦਿੱਤੀ। ਕੀ ਇਹ ਗੁਲਾਮੀ ਦੀ ਨਿਸ਼ਾਨੀ ਨਹੀਂ? ਜੇਕਰ ਤਾਂ ਵੋਟਾਂ ਦਾ ਪ੍ਰਚਾਰ ਕਰਨਾ ਸੀ, ਕੇਜਰੀਵਾਲ ਨੂੰ ਪਰੌਲ ਮਿਲਦੀ ਹੈ, ਰਿਹਾਈ ਮਿਲਦੀ ਹੈ, 20-25 ਦਿਨ ਵਾਸਤੇ ਵੀ ਜਾ ਕੇ ਵੋਟਾਂ ਦਾ ਪ੍ਰਚਾਰ ਕਰ, ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਕਾਗਜ਼ ਭਰਨ ਦੀ ਪਰੋਲ ਵੀ ਨਹੀਂ ਦਿੱਤੀ। ਇਹ ਦੋਹਰੇ ਮਾਪਦੰਡ ਹੈ, ਉਹਨਾਂ ਵਾਸਤੇ ਕਾਨੂੰਨ ਹੋਰ ਤੇ ਸਾਡੇ ਵਾਸਤੇ ਕਾਨੂੰਨ ਹੋਰ। ਬਲਾਤਕਾਰੀ ਸਾਧ ਬਾਹਰ ਤੁਰੇ ਫਿਰਨ, ਤੇ ਜਿਨ੍ਹਾਂ ਨੇ ਤੁਹਾਡੀਆਂ ਪੱਗਾਂ ਸਿਰਾਂ ਤੇ ਟਕਾਈਆਂ ਬੰਦੀ ਸਿੰਘਾਂ ਨੇ, ਉਹ 35-35 ਸਾਲ ਤੋਂ ਸਜ਼ਾਵਾਂ ਕੱਟ ਕੇ ਵੀ ਅੰਦਰ ਤੁਰੇ ਫਿਰਦੇ ਨੇ। ਸੋ ਇਸ ਕਰਕੇ ਆਪਾਂ ਇਹਨਾਂ ਘਟਨਾਵਾਂ ਤੋਂ ਸਮਝੀਏ ਜ਼ਰੂਰ ਆ, ਤੇ ਰਾਜ ਭਾਗ ਦੀ ਪ੍ਰਾਪਤੀ ਵਾਸਤੇ ਸਾਡੀ ਕੌਮ ਤੁਰੇ, ਸਾਡਾ ਪੰਥ ਹੋਰ ਅੱਗੇ ਵਧੇ।